ਸਪੈਸ਼ਲ ਟਾਸਕ ਫੋਰਸ ਪੰਜਾਬ ਵੱਲੋਂ ਇੱਕ ਜਿਹੜਾ ਵੱਡਾ ਕਾਮਯਾਬੀ ਹਾਸਿਲ ਹੋਈ ਹੈ, ਜਿਹਦੇ ਵਿੱਚ ਪੰਜਾਬ ਪੁਲਿਸ ਦੇ ਕਾਂਸਟੇਬਲ ਦੱਸਿਆ ਜਾ ਰਿਹਾ ਅਤੇ ਉਹਦੇ ਨਾਲ ਇੱਕ ਕੁੜੀ, ਉਸ ਨੂੰ ਕਾਬੂ ਕੀਤਾ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਐਕਸਕਲੂਸਿਵ ਤਸਵੀਰਾਂ ਨਿਊਜ਼ 18 ਤੇ, ਕਿ STF ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਹੁਣ ਲਗਾਤਾਰ ਪੁੱਛਗਿੱਛ ਕਈ ਖੁਲਾਸੇ ਹੋ ਰਹੇ ਨੇ। ਮੌਲੀ ਜਿਹੜਾ ਮੋਹਾਲੀ ਜ਼ਿਲ੍ਹੇ ਦਾ ਇੱਕ ਪਿੰਡ ਹੈ, ਇੱਥੇ ਪਹੁੰਚੇ ਸੀਗੇ ਤੇ ਇਹਨਾਂ ਨੂੰ ਇੱਕ ਵਾਈਟ ਕਲਰ ਦੀ ਗੱਡੀ 'ਚ ਇੱਥੇ ਸਪਲਾਈ ਦੇਣ ਆਈ ਸੀ, ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਪੁਲਿਸ ਨੂੰ ਇੱਕ ਟਿਪ ਆਫ ਸੀ ਔਰ ਪੁਲਿਸ ਨੇ ਟਿਪ ਆਫ ਤੋਂ ਬਾਅਦ ਉੱਥੇ ਜਦ ਨਾਕਾ ਲਾਇਆ ਔਰ ਇਹਨਾਂ ਕੋਲੋਂ ਰਿਕਵਰੀ ਕੀਤੀ ਗਈ ਹੈ। ਇਹ ਉਹੀ ਗੁਰਮੀਤ ਸਿੰਘ ਹੈ ਤੇ ਉਹਦੇ ਨਾਲ ਇੱਕ ਕੁੜੀ। ਨਿਊਜ਼ 18 ਤੇ ਤੁਸੀਂ ਸਿੱਧੀ ਤਸਵੀਰਾਂ ਦੇਖ ਰਹੇ ਹੋ, ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਨੂੰ STF ਨੂੰ ਇੱਕ ਟਿਪ ਆਫ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਉੱਥੇ ਨਾਕਾ ਲਾਇਆ। ਮੌਲੀ ਦੇ ਵਿੱਚ ਇੱਕ ਸਟੇਸ਼ਨ, ਸਰਵਿਸ ਸਟੇਸ਼ਨ ਦੱਸਿਆ ਜਾ ਰਿਹਾ ਕਿ ਉੱਥੇ ਇੱਕ ਸਰਵਿਸ ਸਟੇਸ਼ਨ ਚੰਡੀਗੜ੍ਹ ਨੰਬਰ ਦੀ ਵਾਈਟ ਕਲਰ ਦੀ ਵੈਂਟੋ ਗੱਡੀ 'ਚ ਸੀਗੇ ਇਹ ਦੋਵੇਂ, ਇਹ ਕੁੜੀ ਦੱਸਿਆ ਜਾ ਰਿਹਾ ਔਰ ਇੱਕ ਜਿਹੜਾ ਗੁਰਮੀਤ ਸਿੰਘ ਹੈ। ਫਰੀਦਕੋਟ ਦੇ ਵਿੱਚ ਇਹ ਤੈਨਾਤ ਸੀ, ਸਿਟੀ ਥਾਣੇ ਦੇ ਵਿੱਚ, ਜਿਹੜੀ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਔਰ ਸਪੈਸ਼ਲ ਟਾਸਕ ਫੋਰਸ ਦਾ ਇੱਕ ਵੱਡਾ ਆਪਰੇਸ਼ਨ ਇਹਦੇ ਵਿੱਚ ਹੋਇਆ ਔਰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਇਹਦੇ ਵਿੱਚ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਿਸ ਲਗਾਤਾਰ ਜਿਹੜੇ DGP ਗੌਰਵ ਯਾਦਵ ਵੱਲੋਂ, ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਠੱਲ ਪਾਉਣ ਵਾਸਤੇ ਇੱਕ ਵੱਡੀ, ਕਹਿ ਸਕਦੇ ਕਿ ਪੂਰਾ ਆਪਰੇਸ਼ਨ ਕੀਤਾ ਜਾ ਰਿਹਾ, ਲਗਾਤਾਰ ਇਹਦੇ ਵਿੱਚ ਕੀਤਾ ਜਾ ਰਿਹਾ ਔਰ ਇਹਦੇ ਇਸਦੀ ਐਵਜ਼ 'ਚ ਹੀ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ। ਔਰ ਖੁਦ ਇੱਕ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀ ਨਸ਼ਾ ਤਸਕਰੀ ਕਰ ਰਿਹਾ ਸੀਗਾ, ਇਹ ਵੀ ਇੱਕ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ। ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਇਹ ਕਿੰਨੇ ਦਿਨਾਂ ਤੋਂ ਸਪਲਾਈ ਕਰ ਰਹੇ ਸੀਗੇ ਮੋਹਾਲੀ ਦੇ ਵਿੱਚ, ਜਿੱਥੇ ਇਹ ਸਪਲਾਈ ਦੇਣ ਆਏ ਸੀਗੇ ਉੱਥੇ ਕੌਣ ਕੌਣ ਸਪਲਾਇਰ ਨੇ, ਇਹ ਕਿਸ ਤਰ੍ਹਾਂ ਦੀ ਸਪਲਾਈ ਹੋ ਰਹੀ ਸੀ, ਕਿਉਂਕਿ ਜਿਹੜੀ ਕੁਆਂਟਿਟੀ ਹੈ ਉਹ ਬਹੁਤ ਜ਼ਿਆਦਾ ਹੈ, ਜਿਸ ਕਰਕੇ ਹੁਣ ਪੁਲਿਸ ਜਿਹੜੀ STF ਹੈ, STF ਹੁਣ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਇਹਨਾਂ ਦੇ ਤਾਰ ਕਿੱਥੇ ਕਿੱਥੇ ਤੱਕ ਜੁੜੇ ਹੋਏ ਨੇ। ਇਹ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਵੀ ਇਹਦੇ 'ਤੇ ਮਾਮਲੇ ਦਰਜ ਹੈ, ਉਹ ਵੀ ਇਹਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਪੁਲਿਸ ਲਗਾਤਾਰ ਇਹਦੇ ਵਿੱਚ, ਜਿਹੜੀ STF ਹੈ ਸਪੈਸ਼ਲ ਟਾਸਕ ਫੋਰਸ, ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ। ਹੁਣ ਇਹਨਾਂ ਨੂੰ ਪੁਲਿਸ ਸਟੇਸ਼ਨ ਤੋਂ, STF ਦਾ ਜਿਹੜਾ ਪੁਲਿਸ ਸਟੇਸ਼ਨ ਹੈ ਉੱਥੋਂ ਹੁਣ ਕੋਰਟ ਲਿਜਾ ਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਔਰ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਏਗੀ ਕਿ ਕਿੱਥੇ ਕਿੱਥੇ ਇਹਨਾਂ ਨੇ ਸਪਲਾਈ ਕੀਤੀ ਔਰ ਮੋਹਾਲੀ ਦੇ ਵਿੱਚ ਕਿੱਥੇ ਸਪਲਾਈ ਕਰ ਰਹੀ ਸੀ ਔਰ ਕਿੰਨੇ ਦਿਨਾਂ ਤੋਂ। ਹੁਣ ਤੱਕ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਔਰ ਇਹ ਲਗਾਤਾਰ ਇਹ ਸਪਲਾਈ ਕਰ ਰਹੇ ਸੀਗੇ, ਜਿਸ ਨੂੰ ਲੈ ਕੇ ਹੁਣ ਪੁਲਿਸ ਨੂੰ ਇੱਕ ਟਿਪ ਆਫ ਸੀ। ਨਿਊਜ਼ 18 ਤੇ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਗੁਰਮੀਤ ਸਿੰਘ ਇਹ ਪੁਲਿਸ ਕਾਂਸਟੇਬਲ ਹੈ, ਸਿਪਾਹੀ ਹੈ, ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਔਰ ਵਾਈਟ ਕਲਰ ਦੀ ਵੈਂਟੋ ਗੱਡੀ ਹੈ, ਚੰਡੀਗੜ੍ਹ ਨੰਬਰ ਦੱਸਿਆ ਜਾ ਰਿਹਾ ਵਾਈਟ ਕਲਰ ਦੀ, ਜਿਹਦੇ 'ਚ ਇਹ ਆਏ ਸੀਗੇ ਤੇ ਇਹਦੇ ਨਾਲ ਇੱਕ ਕੁੜੀ ਵੀ ਜਿਹੜੀ ਦੱਸੀ ਜਾ ਰਹੀ ਹੈ, ਜਿਹੜੀ ਤਸਵੀਰਾਂ ਤੁਸੀਂ ਵੇਖ ਰਹੇ ਹੋ। ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਮਾਮਲਾ ਕੀ ਹੈ, ਕਿਸ ਨੂੰ ਸਪਲਾਈ ਦੇਣ ਆਈ ਸੀਗੀ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਸਪੈਸ਼ਲ ਟਾਸਕ ਫੋਰਸ ਦੇ ਸੀਨੀਅਰ ਅਧਿਕਾਰੀਆਂ ਨੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਸਪੈਸ਼ਲ ਇਨਫੋਰਮੇਸ਼ਨ ਸੀ, ਇੱਕ ਟਿਪ ਆਫ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਨੇ ਜਿਹੜੀ ਸਪੈਸ਼ਲ ਟਾਸਕ ਫੋਰਸ ਵੱਲੋਂ ਇੱਕ ਪੂਰਾ ਨਾਕਾ ਲਾਇਆ ਹੋਇਆ ਸੀਗਾ ਔਰ ਨਾਕਾ ਲਾਉਣ ਤੋਂ ਬਾਅਦ ਇਹਦੇ ਵਿੱਚ ਹੁਣ ਲਗਾਤਾਰ ਜਿਹੜੀ ਹੈ ਉਹ ਪੂਰਾ ਇੱਕ ਰੈਕੀ ਕੀਤੀ ਗਈ ਸੀ, ਪੂਰੀ ਇੱਕ ਸੀਲ ਜਿਹੜਾ ਕੀਤਾ ਗਿਆ ਸੀਗਾ ਔਰ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੀ ਕਿ ਜਦ ਇਹਨਾਂ ਨੂੰ ਫੜਿਆ ਇੱਕ ਸਰਵਿਸ ਸਟੇਸ਼ਨ ਦੇ ਕੋਲ ਇਹਨਾਂ ਨੂੰ ਕਾਬੂ ਕੀਤਾ ਗਿਆ ਔਰ STF ਵੱਲੋਂ ਇੱਕ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ, ਕਿਉਂਕਿ ਕੁਆਂਟਿਟੀ ਬਹੁਤ ਜ਼ਿਆਦਾ ਹੈ ਔਰ ਇਸ ਕਰਕੇ ਕਿੱਥੇ ਕਿੱਥੇ ਸਪਲਾਈ ਹੁੰਦੀ ਸੀ, ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਇਹ ਪੂਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਆਖਿਰ ਇਹ ਕਿਸ ਨੂੰ ਸਪਲਾਈ ਦੇ ਰਹੀ ਸੀ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ। STF ਮੋਹਾਲੀ ਲੈ ਕੇ ਆਈ ਹੈ ਇਹਨਾਂ ਨੂੰ, ਹੁਣ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਔਰ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇਹ ਪੂਰਾ ਕਿਸ ਤਰ੍ਹਾਂ ਇਹ ਨੈਕਸੈਸ ਚੱਲ ਰਿਹਾ ਸੀਗਾ, ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਹਦੇ ਵਿੱਚ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ। ਨਿਊਜ਼ 18 ਤੇ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ। ਮੌਲੀ ਪਿੰਡ ਹੈ ਜਿੱਥੇ ਵਾਈਟ ਕਲਰ ਦੀ ਵੈਂਟੋ ਜਿਹੜੀ ਗੱਡੀ ਹੈ। ਸਰ ਥੋੜੀ ਜਾਣਕਾਰੀ ਇਹਦੇ ਵਿੱਚ RDG ਕੀ ਹੈ, ਇਹਦੇ ਵਿੱਚ ਥੋੜੀ ਜਿਹੀ ਜਾਣਕਾਰੀ ਜੇਕਰ ਮਿਲ ਜੀ ਹੈ, ਕਿੱਥੋਂ ਇਹਨਾਂ ਨੂੰ ਕਾਬੂ ਕੀਤਾ? ਇਹ ਕੱਲ ਨਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਵੀ ਇਹ ਕਾਕਾ ਬਾਰ ਵਾਸ਼ ਹਾਊਸ ਸਰਵਿਸ ਸਟੇਸ਼ਨ ਹੈਗਾ ਮੌਲੀ ਪਿੰਡ 'ਚ, ਵੀ ਉੱਥੇ ਇੱਕ ਲੇਡੀ ਤੇ ਇੱਕ ਬੰਦਾ ਹੈਗਾ ਜੀ, ਇਹਨਾਂ ਕੋਲ ਸਾਨੂੰ ਮੁਕਬਰੀ ਸੀਗੀ ਵੀ ਇਹਨਾਂ ਕੋਲ ਡਰੱਗਸ ਹੈਗੀਆਂ, ਠੀਕ ਹੈ, ਲੈ ਕੇ ਆਏ ਨੇ ਇੱਥੇ ਵੇਚਣ ਵਾਸਤੇ, ਠੀਕ ਹੈ, ਜੋ ਅਸੀਂ
ਉਸ ਤੇ ਤੁਰੰਤ ਕਾਰਵਾਈ ਕਰਦੇ ਆ ਉਸੇ ਤਰ੍ਹਾਂ। ਤੇ ਕਿੰਨੀ ਰਿਕਵਰੀ ਸਰ ਹਜੇ ਤੱਕ ਹੋਈ ਹੈ ਇਹਦੇ? ਇਹ ਚੋਂ 440 ਗ੍ਰਾਮ ਸਾਨੂੰ ਹੈਰੋਇਨ ਬਰਾਮਦ ਹੋਈ ਹੈ, ਕਰੀਬ ਅੱਧਾ ਕਿਲੋ ਜਿਹੜੀ ਹੈ। ਤੇ ਇਹ ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ, ਹੁਣ ਤੱਕ ਦੀ ਕੋਈ ਇਨਵੈਸਟੀਗੇਸ਼ਨ ਆਈ ਉਹ ਸਾਹਮਣੇ ਕਿ ਕਿੰਨੇ ਦਿਨਾਂ ਤੋਂ? ਇਹਨਾਂ ਨੂੰ ਅਜੇ ਪੁਲਿਸ ਰਿਮਾਂਡ ਅਸੀਂ ਪੇਸ਼ ਕਰਨ ਚੱਲੇ ਆ, ਪੁਲਿਸ ਰਿਮਾਂਡ ਕਰਾ ਉੱਥੋਂ ਲੈ ਕੇ ਫਿਰ ਅਗਲੇ ਜੋ ਵੀ ਫਰਦਰ ਪ੍ਰੋਸੀਡਿੰਗਸ ਹੋਣਗੇ ਤੁਹਾਨੂੰ। ਇਹ ਪੁਲਿਸ ਮੁਲਾਜ਼ਮ ਹੈ ਸਰ? ਹਾਂ, ਇਹ ਫਿਰੋਜ਼ਪੁਰ ਨਾ ਫਰੀਦਕੋਟ ਡਿਸਟ੍ਰਿਕਟ। ਉਹ ਸਾਨੂੰ ਇਹਨਾਂ ਦੀ ਨਾ ਜਦੋਂ ਤੱਕ ਸੋਸ਼ਲ ਮੀਡੀਆ ਦਾ ਡਾਟਾ ਹੀ ਨਹੀਂ ਨਾ ਆਉਂਦਾ, ਵਟਸਐਪ ਡਾਟਾ ਤੇ ਸੋਸ਼ਲ ਮੀਡੀਆ ਦਾ ਡਾਟਾ, ਠੀਕ ਹੈ, ਜਦੋਂ ਉਹ ਆ ਗਿਆ ਉਹ ਤੁਹਾਨੂੰ ਸਾਰਾ ਅਸੀਂ ਐਕਸਪੋਜ਼ ਕਰਕੇ ਸਾਰੀ ਡਿਟੇਲ ਚ ਇਨਫੋਰਮੇਸ਼ਨ ਦੇ। ਕੁੜੀ ਦੀ ਬੈਕਗ੍ਰਾਉਂਡ ਥੋੜੀ ਦੱਸਦੀ ਹੈ, ਇਨਫੋਰਮੇਸ਼ਨ ਕੀ ਸੀ? ਇਨਫੋਰਮੇਸ਼ਨ ਤਾਂ ਇਹ ਆਈ ਸੀ ਸਾਡੇ ਕੋਲ ਵੀ ਕਾਕਾ ਕਾਰ ਵਾਸ਼ ਹਾਊਸ ਹੈਗਾ ਮੌਲੀ ਪਿੰਡ ਚ, ਉੱਥੇ ਇੱਕ ਗੱਡੀ ਹੈ ਪੋਲੋ ਬੋਕਸ ਵੈਗਨ ਵਾਲਿਆਂ ਦੀ, ਵੀ ਉਹ ਨਾ ਉੱਥੇ ਜਿਹੜਾ ਹੈਗਾ ਸਾਨੂੰ ਡਾਊਟ ਹੈ ਵੀ ਉਹ ਚ ਡਰੱਗਸ ਹੈਗੇ ਆ, ਇਹ ਫਿਰੋਜ਼ਪੁਰ ਨਾ ਫਰੀਦਕੋਟ ਦਾ ਮੁੰਡਾ ਰਹਿਣ ਵਾਲਾ ਹੈਗਾ ਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ, ਤੇ ਇੱਕ ਇਹਦੇ ਨਾਲ ਲੇਡੀ ਹੈ ਵੀ ਜੇ ਇਹਨੂੰ ਰਾਊਂਡ ਅਪ ਕਰਕੇ ਤੁਸੀਂ ਇਹਦੀ ਸਰਚ ਕਰੋਗੇ ਗੱਡੀ ਦਾ ਤੁਹਾਨੂੰ ਡਰੱਗਸ ਮਿਲੇਗੀ। ਉਸ ਤੇ ਅਸੀਂ ਕਾਰਵਾਈ ਕੀਤੀ ਫਿਰ ਜਾ ਕੇ, 440 ਗ੍ਰਾਮ ਹੈਰੋਇਨ ਇਹਨਾਂ ਕੋਲੋਂ। ਇਹ ਲੜਕੀ ਤੇ 6 ਪਰਚੇ ਨੇ ਤੇ ਮੁੰਡੇ ਦੇ 1 ਪਰਚਾ। ਸਾਰੇ ਨੀ ਐਨਡੀ ਪੀਸ ਦੇ, ਲੜਕੀ ਦੇ 3 ਐਨਡੀ ਦੇ ਨੇ, ਜਿਹੜਾ ਕਾਂਸਟੇਬਲ ਹੈ ਤੇ ਇੱਕ ਕਰਪਸ਼ਨ ਦਾ ਪਰਚਾ ਪਿਆ। ਇਹ ਪੰਜਾਬ ਪੁਲਿਸ ਚ ਫਰੀਦ ਡਿਟੇਲ ਚ ਅਸੀਂ ਪੁਲਿਸ ਰਿਮਾਂਡ ਲੈ ਕੇ ਤੁਹਾਨੂੰ ਐਕਸਪੋਜ਼ ਕਰਾਂਗੇ ਸਾਰੀ ਗੱਲ। ਇਹ ਐਡਿਕਟ ਹੈਗਾ, ਇਹ ਲੜਕੀ ਵੀ ਐਡਿਕਟ ਹੈ, ਇਹ ਵੀ ਹੈ, ਇਹ ਨਸ਼ੇ ਦੇ ਆਦੀ ਹੈ, ਨਸ਼ੇ ਦੇ ਆਦੀ ਨੇ ਇਹ। ਤੇ ਇੱਥੇ ਸਰ ਸਪਲਾਈ ਕਿਸ ਨੂੰ ਦੇਣ ਆਏ ਸੀ, ਹੁਣ ਤੱਕ ਦੀ ਕੋਈ ਜਾਣਕਾਰੀ ਮਿਲੀ ਹੋਵੇ ਐਸਟੀਐਫ ਨੂੰ? ਕਿਉਂਕਿ ਸਰ ਕੁਆਂਟਿਟੀ ਬਹੁਤ ਜ਼ਿਆਦਾ ਇਹਨਾਂ ਦੇ, ਹੁਣ ਜਿਹੜੇ ਹੈਗੇ ਨੇ ਆਪਣੇ ਗਾਹਕ ਹੈਗੇ ਆ ਉਹ ਸਾਨੂੰ ਐਕਸਪੋਜ਼ ਹੋਣਗੇ ਨਹੀਂ ਕਾਲ ਡਿਟੇਲ ਤੋਂ। ਬਿਲਕੁਲ ਇੱਕ ਕਹਿ ਸਕਦੇ ਕਿ ਵੱਡੀ ਰਿਕਵਰੀ ਜਿਹੜੀ ਹੈ ਉਹ ਕੀਤੀ ਗਈ ਹੈ, ਔਰ ਇੱਕ ਕਹਿ ਸਕਦੇ ਹੈ ਕਿ ਪੁਲਿਸ ਮੁਲਾਜ਼ਮ ਫਰੀਦਕੋਟ ਦੇ ਵਿੱਚ ਵਰਕਿੰਗ ਇੱਕ ਕਾਂਸਟੇਬਲ ਸੀਗਾ ਗੁਰਮੀਤ ਸਿੰਘ, ਔਰ ਇਹਦੇ ਨਾਲ ਕੁੜੀ। ਦੱਸਿਆ ਜਾ ਰਿਹਾ ਕਿ ਇਹ ਦੋਵੇਂ ਡਰੱਗ ਐਡਿਕਟ ਹੈ, ਔਰ ਕਹਿ ਸਕਦੇ ਇੱਕ ਵੱਡੀ ਖਬਰ ਇਹਦੇ ਵਿੱਚ ਕਿ ਪੰਜਾਬ ਪੁਲਿਸ ਲਗਾਤਾਰ ਇਹਦੇ ਵਿੱਚ ਜਿਹੜੇ ਸੀਨੀਅਰ ਆਫਿਸਰ ਨੇ ਉਹ ਲਗਾਤਾਰ ਡਰੱਗਸ ਨੂੰ ਲੈ ਕੇ, ਨਸ਼ੇ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਕੰਮ ਕਰਦੇ, ਲੇਕਿਨ ਜੇਕਰ ਪੁਲਿਸ ਮੁਲਾਜ਼ਮ ਹੀ ਇਸ ਤਰ੍ਹਾਂ ਦੀ ਹਰਕਤਾਂ ਕਰਨ, ਇਸ ਤਰ੍ਹਾਂ ਦੀ ਸਪਲਾਈ ਕਰਨ, ਇਸ ਤਰ੍ਹਾਂ ਦੀ ਨਸ਼ਾ ਤਸਕਰੀ ਕਰਨ, ਤਾਂ ਫਿਰ ਬਹੁਤ ਸਾਰੀ ਚੀਜ਼ਾਂ ਜਿਹੜੀ ਹੈਗੀ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ। ਹਾਲਾਂਕਿ ਐਸਟੀਐਫ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਰਿਕਵਰੀ ਕਰਨ ਤੋਂ, ਕਿਉਂਕਿ ਇੱਥੇ ਸਪਲਾਈ ਕਰਨ ਆਏ ਸੀਗੇ, ਕਿਹੜੇ ਕਿਹੜੇ ਸਪਲਾਇਰ ਨੇ, ਕਿਸ ਤਰ੍ਹਾਂ ਦੀ ਇਹ ਸਪਲਾਈ, ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ, ਇਹ ਵੀ ਇੱਕ ਸਵਾਲੀਆ ਨਿਸ਼ਾਨ ਜਿਹੜਾ ਖੜਾ ਹੁੰਦਾ, ਕਿਉਂਕਿ ਐਸਟੀਐਫ ਨੂੰ ਇੱਕ ਪੱਕੀ ਇਨਫੋਰਮੇਸ਼ਨ ਸੀ ਕਿ ਆਪਣੇ ਆਪ ਨੂੰ ਇੱਕ ਪੁਲਿਸ ਮੁਲਾਜ਼ਮ ਕਹਿੰਦਾ, ਔਰ ਇੱਥੇ ਆ ਕੇ ਸਪਲਾਈ ਦਿੰਦਾ। ਸਪਲਾਈ ਦੇਣ ਤੋਂ ਬਾਅਦ ਇਹ ਪੂਰਾ ਜਿਹੜਾ ਹੈਗਾ ਮੋਹਾਲੀ ਘੁੰਮ ਕੇ ਉਸ ਤੋਂ ਬਾਅਦ ਫਰੀਦਕੋਟ ਵਾਪਸ ਚਲੇ ਜਾਂਦੀ ਸੀ। ਇਹ ਕੁੜੀ ਤੇ ਵੀ 6 ਮਾਮਲੇ ਦਰਜ ਨੇ, ਲਵ ਜਿਹੜੀ ਕੁੜੀ ਹੈ 3 ਐਨਡੀਪੀਐਸ ਦੇ ਹੈ ਤੇ 3 ਲੱਖ ਵੱਖ ਵੱਖ ਜਿਹੜੇ ਇਹਦੇ ਮਾਮਲੇ ਦਰਜ ਹੈ। ਤੇ ਇਸ ਤੋਂ ਇਲਾਵਾ ਜਿਹੜਾ ਗੁਰਮੀਤ ਸਿੰਘ ਹੈ, ਜਿਹੜਾ ਸਿਪਾਹੀ ਹੈ, ਜਿਹੜਾ ਵਰਕਿੰਗ ਹੈ ਸਿਟੀ ਫਰੀਦਕੋਟ ਦੇ ਵਿੱਚ, ਇਹ ਗੱਡੀ ਹੈ CH01 CH ਚੰਡੀਗੜ੍ਹ ਦਾ ਨੰਬਰ ਹੈ CH01 CB6900। ਇਹ ਪੋਲੋ ਗੱਡੀ ਹੈ ਜਿਹਦੇ ਵਿੱਚ ਇਹ ਸਪਲਾਈ ਕਰਦੇ ਸੀਗੇ। ਹੁਣ ਇਹ ਗੱਡੀ ਕਿਸ ਦੀ ਹੈ, ਕਿਉਂਕਿ ਚੰਡੀਗੜ੍ਹ ਨੰਬਰ ਇਹ ਗੱਡੀ ਹੈ, ਪੁਲਿਸ ਹੁਣ ਗੱਡੀ ਨੂੰ ਵੀ ਆਪਣੇ ਨਾਲ ਲਿਜਾ ਕੇ ਪੂਰਾ ਹੁਣ ਜਿਹੜਾ ਹੈਗਾ ਇਹਦਾ ਚੈੱਕ ਕਰ ਰਹੀ ਹੈ ਕਿ ਆਖਿਰ ਗੱਡੀ ਕਿਸ ਦੇ ਨਾਂ ਤੇ ਹੈ, ਪੂਰਾ ਕਿਸ ਤਰ੍ਹਾਂ ਦੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਪੁਆਇੰਟ ਟੂ ਪੁਆਇੰਟ ਕਰ ਰਹੀ ਹੈ। ਐਸਟੀਐਫ ਨੂੰ ਇੱਕ ਵੱਡੀ
ਇਹਦੇ ਵਿੱਚ ਕਹਿ ਸਕਦੇ ਹਾਂ ਕਿ ਸਫਲਤਾ ਹਾਸਿਲ ਹੋਈ। ਲੇਕਿਨ ਚੰਡੀਗੜ੍ਹ ਨੰਬਰ ਗੱਡੀ ਦੇ ਵਿੱਚ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ। ਚੰਡੀਗੜ੍ਹ ਨੰਬਰ ਗੱਡੀ ਦੇ ਵਿੱਚ ਪੂਰੀ ਇਹ ਨਸ਼ੇ ਦੀ ਸਪਲਾਈ ਕਰਦੇ ਸੀਗੇ, ਨਸ਼ਾ ਸਪਲਾਇਰ ਨੂੰ ਅੱਗੇ ਇਹ ਪੂਰਾ ਜਿਹੜੀ ਡਰੱਗਸ ਹੈ ਉਹ ਸਪਲਾਈ ਕਰਦੇ ਸੀਗੇ, ਔਰ ਖੁਦ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀ ਸਪਲਾਈ ਕਰਦਾ ਸੀਗਾ। ਇਹ ਸਵਾਲ ਇੱਕ ਬਹੁਤ ਸਵਾਲੀਆ ਨਿਸ਼ਾਨ ਜਿਹੜਾ ਖੜਾ ਹੁੰਦਾ ਹੈ, ਜਿਸ ਨੂੰ ਲੈ ਕੇ ਹੁਣ STF ਲਗਾਤਾਰੀ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ, ਔਰ ਕੁੜੀ ਨੂੰ ਨਾਲ ਰੱਖਦਾ ਸੀਗਾ ਕਿ ਕਿਸੇ ਨੂੰ ਸ਼ੱਕ ਨਾ ਹੋਵੇ, ਔਰ ਦੋਵੇਂ ਡਰੱਗ ਐਡਿਕਟ ਸੀਗੇ।